ਸਤਿ ਸ਼੍ਰੀ ਅਕਾਲ ਮੈਂ ਰਜਿੰਦਰ ਕੌਰ ਫ੍ਰੀ ਮੀਡੀਆ ਵੱਲੋਂ ਤੁਹਾਡਾ ਸਵਾਗਤ ਕਰਦੀ ਹਾਂ ਅਸੀਂ ਕੈਨੇਡਾ ਦੇ ਚੈਨਲ Y ਅਤੇ UK ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ ਬੁਲਟਿਨ ਦੀ ਸ਼ੁਰੂਆਤ ਕਰ ਰਿਹਾ ਹੈਡਲਾਈਨਸ ਦੇ ਨਾਲ ਸ਼ਰਗੋਗਨ ਸਾਹਿਬ ਦੀ ਬੇਦਬੀ ਕਰਨ ਵਾਲੇ ਵਿਅਕਤੀਆਂ ਨੂੰ ਹੋਵੇਗੀ ਉਮਰ ਕੈਦ ਦੀ ਸਜ਼ਾ ਪੰਜਾਬ ਕੈਬਨਿਟ ਦਾ ਅਹਿਮ ਫੈਸਲਾ ਸੂਬੇ ਦੇ ਨੌਜਵਾਨਾਂ ਲਈ 1 ਲੱਖ ਨਵੀਆਂ ਨੌਕਰੀਆਂ ਵੀ ਕੱਢੇਗੀ ਸਰਕਾਰ तपा मंडेज गुटका साहिब दी बेदबिदा मामला आया सामने सिख संगत विच रोस पुलिस ने अनपछातें व्यक्तियों खिलाफ कीता मामला दर्ज राजीव गांधी नु दिता गया भारत रत्न वापस लिया जाए सीनियर वकील एचएस फूलका ने कीती मांग क्या जिस प्रधानमंत्री दी पार्टी से कत्लियाम ले जिम्मेदार वो नहीं हो सकता भारत रत्न ਫਰੀਦਕੋਟ ਗੋਲੀਕਾਂਡ ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਰਾਜਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਮਾਮਲੇ ਦੀ ਸਮਾਬੱਧ ਜਾਂਚ ਦੀ ਕੀਤੀ ਮੰਗ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਵਫਦ ਵਿੱਚ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਵੀ ਹੋਏ ਸ਼ਾਮਿਲ ਮੋਦੀ ਸਰਕਾਰ ਦੀ ਆਰਥਿਕ ਨੀਤੀ ਦਿਸ਼ਾਹੀਨ ਬੋਲੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕਿਆ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਸਿੱਖਣ ਨਰਿੰਦਰ ਮੋਦੀ ਚੰਡੀਗੜ੍ਹਿਤ ਪੰਜਾਬ ਕੈਬਨਟ ਦੀ ਅੱਜ ਬੈਠਕ ਹੋਈ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਸੂਬਾ ਸਰਕਾਰ ਮੁਤਾਬਕ ਪੰਜਾਬ ਵਿੱਚ ਰਿਗਰਗੈਂਟ ਸਹਿਬ ਦੀ ਬੇਦਬੀ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਏਗੀ। ਪਹਿਲਾਂ ਬੇਦਬੀ ਮਾਮਲੇ 'ਚ ਮੁਲਜ਼ਮ ਨੂੰ ਸਿਰਫ 3 ਸਾਲ ਦੀ ਸਜ਼ਾ ਹੁੰਦੀ ਸੀ। ਇਸ ਤੋਂ ਇਲਾਵਾ ਸੂਬਾ ਸਰਕਾਰ 1 ਲੱਖ ਤੋਂ ਉੱਪਰ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇਗੀ। ਸਰਕਾਰੀ ਬੁਲਾਰੇ ਮੁਤਾਬਕ ਇਹ ਪੜਤਿਆ ਸਿੱਖਿਆ, ਸਿਹਤ, ਬਿਜਲੀ ਅਤੇ ਪੁਲਿਸ ਵਿਭਾਗ ਵਿੱਚ ਕਰ ਦਿੱਤਾ ਜਾਣ ਗਿਆ। ਇਸੇ ਤਰ੍ਹਾਂ ਬੁਢਾਪਾ ਪੈਨਸ਼ਨ ਨੂੰ ਵੀ 250 ਰੁਪਏ ਤੋਂ ਵਧਾ ਕੇ 500 ਰੁਪਏ ਕੀਤਾ ਗਿਆ ਹੈ ਨੰਬਰਦਾਰਾ ਦੇ ਪੱਤੇ ਨੂੰ ਵੀ ਸਭਾ ਸਰਕਾਰ ਨੇ 1500 ਰੁਪਏ ਕੱਢ ਦਿੱਤਾ ਹੈ ਬੜੇ ਇਤਿਹਾਸਿਕ ਫੈਸਲੇ ਅੱਜ ਕੀਤੇ ਗਏ ਹੈ ਸਭ ਤੋਂ ਵੱਡਾ ਫੈਸਲਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਕੋਈ ਬੇਅਦਬੀ ਕਰੂਗਾ ਉਹਨੂੰ ਅੱਜ ਦੇ ਤਰੀਕ 3 ਸਾਲ ਜੇਲ੍ਹ ਸੀ ਅਸੀਂ ਉਹਨੂੰ ਲਾਈਫ ਸੈਂਟੈਂਸ ਕਰ ਦਿੱਤਾ ਹੈ ਤਕਰੀਬਨ ਅਸੀਂ 1 ਲੱਖ 14000 ਨਵੀਆਂ ਨੌਕਰੀਆਂ ਅੱਜ ਕਲੀਅਰ ਕਰ ਦਿੱਤੀਆਂ ਐਂਡ ਡਿਟੇਲ ਨੌਕਰੀਆਂ ਦੀ ਤੁਹਾਨੂੰ ਅਖਬਾਰ ਰਾਹੀਂ ਅਸੀਂ ਐਗਜ਼ੈਕਟ ਡਿਪਾਰਟਮੈਂਟ ਵਾਈਜ਼ ਕਿਹੜੀ ਕਿਹੜੀ ਪੋਸਟਾਂ ਅੱਜ ਤੁਹਾਨੂੰ 1-2 ਦਿਨਾਂ ਅੰਦਰ ਤੁਹਾਡੇ ਰਿਲੀਜ਼ ਹੋ ਜਾਣਗੀਆਂ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਹੈ ਉਹ 250 ਤੋਂ ਵਧਾ ਕੇ 500 ਰੁਪਏ ਕੀਤੀ ਗਈ ਹੈ ਹੁਣ 50000 ਹਰ ਆਟਾ ਦਾਲ ਕਾਰਡ ਹੋਲਡਰ ਦੀ ਮੈਡੀਕਲ ਇੰਸ਼ੋਰੈਂਸ ਵਿਦਨ 1 ਮਨਥ ਸਾਰਿਆਂ ਨੂੰ ਕਾਰਡ ਇਸ਼ੂ ਹੋ ਜਾਣਗੇ ਜਿੰਨੇ ਕਿਸਾਨ ਹਨ ਪੂਰੇ ਪੰਜਾਬ ਚ ਜਿਹੜੇ ਆਪਣੇ ਜੇ ਫਾਰਮ ਆਪਣੇ ਫਸਲ ਵੇਚਦੇ ਆ ਉਹਨਾਂ ਦੀ ਵੀ 50000 ਰੁਪਿਆ ਸਪੈਸ਼ਲ ਮੈਡੀਕਲ ਇੰਸ਼ੋਰੈਂਸ ਪਰイヤー 50000 ਰੁਪੀ ਮੈਡੀਕਲ ਇੰਸ਼ੋਰੈਂਸ ਤੇ 5 ਲੱਖ ਰੁਪਿਆ ਜੇ ਕੋਈ ਕਿਸਾਨ ਦੇ ਖੇਤ ਜਾਂ ਕੋਈ ਐਕਸੀਡੈਂਟ ਹੋ ਜਾਈਏ ਜਾਂ ਕੋਈ ਹੋਰ ਕੰਮ ਹੋ ਜਾਈਏ ਪਾਜ ਹੋ ਜਾਈਏ ਉਹਨੂੰ 5 ਲੱਖ ਰੁਪਿਆ ਉਹਦੀ ਡੈਥ ਜਾਂ ਐਕਸੀਡੈਂਟਲ ਇੰਸ਼ੋਰੈਂਸ ਉਹਦੀ ਕੀਤੀ ਗਈ ਹੈ ਜਿੰਨੇ ਵਪਾਰੀ ਹਨ ਵੈਟ ਹੋਲਡਰ ਹੈ 1 ਕਰੋੜ ਤੋਂ ਟਰਨਓਵਰ ਥੱਲੇ ਉਹਨਾਂ ਦੇ 50000 ਰੁਪਏ ਉਹਨਾਂ ਦਾ ਵੀ ਮੈਡੀਕਲ ਇੰਸ਼ੋਰੈਂਸ 5 ਲੱਖ ਰੁਪਏ ਉਹਨਾਂ ਦੀ ਡੈਥ ਇੰਸ਼ੋਰੈਂਸ ਜਾਂ ਹੈਂਡੀਕੈਪ ਹੋਏ 5 ਲੱਖ ਰੁਪਏ ਹੋਰ ਜੇ ਉਹਨਾਂ ਦੀ ਦੁਕਾਨ ਤੇ ਕੋਈ ਆਗੂਗ ਲੱਗ ਜਾਂਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਹੈ ਉਹਦੇ ਕਰਕੇ ਉਹ ਫਾਇਰ ਇੰਸ਼ੋਰੈਂਸ ਇੱਕ ਤਰਫ ਬੇਅਦਬੀ ਮਾਮਲੇ 'ਚ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਮਰ ਕੈਦ ਦੀ ਸਜ਼ਾ ਦੋਸ਼ੀ ਨੂੰ ਦਿੱਤੀ ਜਾਏਗੀ ਤੇ ਦੂਜੇ ਪਾਸੇ ਬਰਨਾਲਾ ਦੇ ਕਸਬਾ ਤਪਾ ਮੰਡੀ ਚ ਗੁਟਕਾ ਸਾਹਿਬ ਦੀ ਬੇਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਛੱਤੀ ਖੂਈ ਇਲਾਕੇ ਕੋਲ ਪੰਜ ਗ੍ਰੰਥੀ ਦੇ ਪੱਤਰੇ ਖਿਲਰੇ ਮਿਲੇ ਜਿਸ ਨੂੰ ਲੈ ਕੇ ਸਿੱਖ ਸੰਗਤ ਇਚ ਰੋਸ ਪਾਇਆ ਜਾ ਰਿਹਾ ਹੈ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ ਇਲਾਕੇ ਦੀਆਂ ਪੰਥਕ ਜਥੇਬੰਦੀਆਂ ਵੀ ਮੌਕੇ ਤੇ ਪਹੁੰਚ ਗਈਆਂ ਜਥੇਬੰਦੀਆਂ ਨੇ ਕਿਹਾ ਕਿ ਜਲਦ ਤੋਂ ਜਲਦ ਇਸ ਘਟਨਾ ਦੇ ਮਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਏ ਨਹੀਂ ਤਾਂ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਪੁਲਿਸ ਉਸ ਦੀ ਪਾਲ ਕਰ ਰਹੀ ਹੈ ਅਤੇ ਜਲਦੀ ਮੁਲਜ਼ਮ ਦੀ ਗ੍ਰਿਫਤਾਰੀ ਕਰ ਲਈ ਜਾਏਗੀ ਮੇਰੇ ਘਰ ਦੇ ਬਿਲਕੁਲ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋ ਆਂਗਣੇ ਉਹ ਖਲਾਰੇ ਗਏ ਨੇ तकरीबन 6 ਵਜੇ ਦਾ ਟਾਈਮ ਸੀ ਤੇ ਰਾਸਤੇ ਦੇ ਵਿੱਚ ਇੱਕ ਦੋ ਜਾਨੇ ਲੰਘ ਰਹੇ ਸੀ ਉਹ ਦੇਖ ਰਹੇ ਸੀ ਜਦੋਂ ਮੈਂ ਥੱਲੇ ਉਤਰ ਕੇ ਦੇਖਿਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਪਏ ਸੀ ਤੇ ਉਸ ਤੋਂ ਬਾਅਦ ਫਿਰ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਮੈਂ ਇੱਕ ਪੱਤਰਾ ਦਿੱਤਾ ਤੇ ਉਹਨਾਂ ਨੂੰ ਕਿਹਾ ਵੀ ਅਗੁਰੂ ਘਰ ਦਿੱਤਾ ਜਾਵੇ ਤੇ ਗੁਰੂ ਜੋ ਵੀ ਗੁਰੂ ਘਰ ਦੇ ਵਿੱਚ ਭਵੰਤੇ ਹਨ ਉਹਨਾਂ ਨੂੰ ਇੱਥੇ ਬੁਲਾਇਆ ਜਾਵੇ ਕਿ ਅੱਗੇ ਦੀ ਕਾਰਵਾਈ ਆਪ ਸਰਕਾਰ ਤੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜੋ ਇਹ ਰੋਜ਼ ਨਵੀਆਂ ਘਟਨਾਵਾਂ ਹੁੰਦੀਆਂ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਤੇ ਨੱਥ ਪਾਈ ਜਾਵੇ ਫਰੀਦਕੋਟ ਗੋਲੀकांड ਮਾਮਲੇ ਨੂੰ ਲੈ ਕੇ ਕਾਂਗਰਸ ਦਾ ਵਫਦ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਰਾਸ਼ਪਤੀ ਪ੍ਰਨਮ ਮੁਖਰਜੀ ਨੂੰ ਮਿਲਿਆ ਕਾਂਗਰਸ ਵਫਦ ਨੇ ਰਾਸ਼ਪਤੀ ਤੋਂ ਫਰੀਦਕੋਟ ਗੋਲੀकांड ਮਾਮਲੇ ਦੀ ਸਮਵਤ ਜਾਂਚ ਦੀ ਮੰਗ ਕੀਤੀ ਹੈ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਇਸ ਵਫਦ ਦੇ ਚੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ ਸਣੇ ਕਈ ਹੋਰ ਕਾਂਗਰਸੀ ਆਗੂ ਵੀ ਸ਼ਾਮਿਲ ਹੋਏ ਉਹਨਾਂ ਆਪਣੀਆਂ ਮੰਗਾਂ ਸਬੰਧੀ ਰਾਸ਼ਪਤੀ ਨੂੰ ਇੱਕ ਮੈਮੋਰੈਂਡਮ ਵੀ ਦਿੱਤਾ 1984 ਦੇ ਕਤਲੇਆਮ ਦੇ ਪੀੜਤਾਂ ਲਈ ਲੰਬੇ ਸਮੇਂ ਤੋਂ ਕੇਸ ਲੜਨ ਵਾਲੇ ਸੀਨੀਅਰ ਵਕੀਲ ਐਚਐਸ ਫੁਲਕਾ ਨੇ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਜੇ ਪ੍ਰਧਾਨ ਮੰਤਰੀ ਜਿਸ ਦੀ ਪਾਰਟੀ ਦੰਗਿਆਂ ਲਈ ਜ਼ਿੰਮੇਵਾਰ ਹੋਏ ਉਹ ਭਾਰਤ ਰਤਨ ਨਹੀਂ ਹੋ ਸਕਦਾ। ਐਚਐਸ ਫੁਲਕਾ ਨੇ ਇੱਕ ਪੁਰਾਣਾ ਵੀਡੀਓ ਵੀ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਰਾਜੀਵ ਗਾਂਧੀ ਸਟੇਜ ਤੋਂ ਬੋਲਦੇ ਹੋਏ ਨਜ਼ਰ ਆ ਰਹੇ ਨੇ। ਰਾਜੀਵ ਕਹਿੰਦੇ ਹਨ ਕਿ ਜਦ ਵੀ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। इस तो पहला इस बयान की लंबे समय तो चर्चा होती रही है पर कभी भी ये वीडियो सामने नहीं आया सी इस तरह के प्रधानमंत्री जो इतने बड़े नरसिंघाल को जस्टिफाई करें इस तरह के प्रधानमंत्री जिनकी पार्टी इतने बड़े नरसिंघाल को करवाए इस तरह के प्रधानमंत्री जिनकी सरकार जड भागीज काउंट करने में भी तीन साल गए इस, इस तरह के प्रधानमंत्री जो कतल करने वालों नेताओं को रबार के वो कति ही भारत के भारत रचना नहीं हो सकते वो भारत के संविधान की उल्लंघना कर रहे हैं वो भारत के कानून की उल्लंघना कर रहे हैं कर रहे हैं ऐसा प्रधानमंत्री भारत का भारत रत्ना कैसे हो सकता है और इसलिए हम जे आपको खुद दिखाएंगे क्या कहा और आज हम जे करते हैं कि उनको जो भारत रत्ना मिला है वो बिल्कुल गलत मिला है और ये वापस लिया जाए चंडीगढ़ कैप्टन अमरिंदर सिंह की किताब द मॉनसून वॉर रिलीज हुई इस मौके कैप्टन अमरिंदर सिंह ने अकाली सरकार ऐसी जम के निशाना साध्या ਚੰਡੀਗੜ੍ਹ ਵਿੱਚ 1965 ਦੀ ਲੜਾਈ ਬਾਰੇ ਪੁਸਤਕ 'ਦ ਮੌਨਸੂਨ ਵਾਰ' ਦੇ ਰਿਲੀਜ਼ ਸਮਾਗਮ ਤੋਂ ਬਾਅਦ ਕਾਂਗਰਸ ਦੇ ਲੋਕ ਸਭਾ ਵਿੱਚ ਚੋਣ ਨੇਤਾ ਕੈਪਟਨ ਅਮਨਿੰਦਰ ਸਿੰਘ ਨੇ ਕਿਹਾ ਕਿ ਸੂਬੇ ਦੇ ਹਾਲਾਤ ਲਗਾਤਾਰ ਵਿਗੜਨੇ ਨੇ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਧਰੇ ਨਜ਼ਰ ਨਹੀਂ ਆਂਦੇ। ਉਹਨਾਂ ਨੇ ਕਿਹਾ ਕਿ ਸੂਬੇ ਦੀ ਸਥਿਤੀ ਲਈ ਮੁੱਖ ਮੰਤਰੀ ਜ਼ਿੰਮੇਵਾਰ ਹੁੰਦਾ ਹੈ। ਕੈਪਟਨ ਅਮਨਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਸਰਕਾਰ ਗੁਰਗ੍ਰੰਦ ਸਾਹਿਬ ਦੀ ਬੇਦਬੀ ਕਰਨ ਵਾਲਿਆਂ ਦਾ ਪਤਾ ਨਹੀਂ ਲਗਾ ਸકી ਉਹ ਲੋਕਾਂ ਦੀ ਕੀ ਰਾਖੀ ਕਰੇਗੀ? ਵਟ ਕਾਂਗਰਸ ਦਾ ਸਟੈਂਡ ਤਾਂ ਟੋਟਲ ਹੈ ਕਿ ਇਹਨਾਂ ਨੇ ਬੇੜਾਗਰ ਕਰਤਾ ਸੂਬੇ ਦਾ ਸਾਡਾ ਟੋਟਲੀ ਵੀ ਆਰ ਸੋਸ਼ਲ ਸੋਸ਼ਲ ਸਾਡੀ ਡਿਸਟਰਕਸ਼ਨ ਹੋ ਰਹੀ ਹੈ ਪੀਪਲ ਆਨ ਦ ਸਟ੍ਰੀਟਸ ਵਾਈ ਤੁਸੀਂ ਅਗਰ ਇਹ ਅਕਾਲੀ ਸਰਕਾਰ ਜੋ ਸਿੱਖਾਂ ਦੀ ਸਹਾਰ ਕੌਂਦੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਨਹੀਂ ਕਰ ਸਦੀ ਤਾਂ ਕੀ ਕਰਨ ਕਿਸ ਵਾਸਤੇ ਬੈਠੇ ਨੇ ਉੱਥੇ ਤੁਸੀਂ ਪਾੜ ਕੇ ਪੰਨੇ ਤੁਸੀਂ ਸਿੱਟ ਦਿਓ ਫਿਰ ਤੁਸੀਂ ਆਰਡਰ ਜੋ ਪੁਲਿਸ ਟੂ ਗੋ ਐਂਡ ਸ਼ੂਟ ਇਨਨੋਸੈਂਟ ਪੀਪਲ ਇਹ ਕੀ ਤਰੀਕਾ ਹੈ ਉਹ ਤਾਂ ਉਹ ਕਹਿਣ ਦੀ ਗੱਲ ਹੈ ਉਹ ਕਿੱਥੇ ਰੋਕੇਗਾ ਸਾਰੇ ਕਿਤੇ ਦਾ ਕੱਲ ਉਸ ਤੋਂ ਬਾਅਦ ਇਹਦੇ ਕਹਿਣ ਤੋਂ ਬਾਅਦ ਛੰਡੇ ਨਹੀਂ ਦਿਖਾਏ ਲੋਕਾਂ ਨੂੰ ਉਹਨੇ ਭਜਾਇਆ ਨਹੀਂ ਪਤਾ ਨਹੀਂ ਕਿਹੜਾ ਮੰਤਰ ਮਤਾਰ ਬਰਾਦ ਸੀ ਪਤਾ ਨਹੀਂ ਭਰਾਤਾ ਇਹ ਤਾਂ ਕਹਿਣ ਦੀਆਂ ਗੱਲਾਂ ਆਈ ਐਮ ਅਗੇਂਸਟ ਐਨੀਥਿੰਗ ਲਾਈਕ ਅਰੈਸਟ ਦੇਖੋ ਅਰੈਸਟ ਨਾਲ ਤੁਸੀਂ ਕੋਈ ਗੱਲ ਨੂੰ ਮੈਂ ਤਾਂ ਬਹੁਤ ਕੁਝ ਦੇਖਿਆ ਨਾ ਇਹ ਤਾਂ ਮੁੰਡਾ ਉਹ ਸਕੂਲ ਦੇ ਵਿੱਚ ਹੁੰਦਾ ਸੀ ਇਹ ਜਿਹੜਾ ਸੁਖਵੀਰ ਬਾਦਲ ਹੀਵਜ਼ ਓਨ ਇਨ ਸਕੂਲ ਇਨ 19 ਜਦੋਂ ਇਹ ਝਗੜਾ ਇੱਥੇ ਪੰਜਾਬ 'ਚ ਹੋਇਆ 35000 ਬੰਦੇ ਇੱਥੇ ਮਰੇ ਨੇ ਇਹਦੇ ਐਟ ਮਾਹੌਲ ਹੁਣ ਠੀਕ ਕਰਨ ਦਾ ਵੇਲਾ ਹੈ ਬਗੜਨ ਦਾ ਨਹੀਂ ਔਰ ਤੁਸੀਂ ਅਰੈਸਟ ਕਰੋਗੇ ਤੇ ਨਾਲ ਤੁਹਾਨੂੰ ਕੀ ਲਾਭ ਹੈ ਅਗਰ ਤੁਸੀਂ ਜਿਹੜੇ ਬੰਦੇ ਵੈਦਯੋ ਗਰੀਬ ਤਾਂ ਮੈਂ ਅਗਰੀ ਨਹੀਂ ਕਰਦਾ ਉਸ ਨਾਲ ਮੈਂ ਸਮਝਦਾ ਕਿ ਸਾਡੀ ਸੁਪਰੀਮਸੀ ਅਕਾਲ ਤੱਕ ਹੈ ਗਈ ਹੈ ਔਰ ਸਾਡੀ ਸੁਪਰੀਮਸੀ ਸ਼੍ਰੋਮਣੀ ਕਮੇਟੀ ਹੈ ਜੋ ਬੜੇ ਸੰਘਰਸ਼ ਤੋਂ ਬਾਅਦ ਅਸੀਂ ਬਣਾਈ ਹੈ ਬਟ ਅਗਰ ਇਹ ਬੰਦੇ ਮਾਰੇ ਨੇ ਤੁਸੀਂ ਉਹ ਇੰਸਟੀਟਿਊਸ਼ਨ ਨੂੰ ਤਾਂ ਨਹੀਂ ਮਾਰਾ ਕਹਿ ਸਕਦੇ ਇਹ ਤਾਂ ਨਹੀਂ ਕਿ ਜੋ ਮਰਜ਼ੀ ਤੁਸੀਂ ਤੰਬੂ ਲਾ ਕੇ ਲੱਖ ਬੰਦਾ ਇਕੱਠਾ ਕਰਕੇ ਜਥੇਦਾਰ ਬਦਲ ਦਿਓ ਅਗਰ ਕੱਲ ਨੂੰ ਮੈਂ ਲੱਖ ਬੰਦਾ ਕਰਕੇ ਬਦਲਦਾ ਉਹਦਾ ਫਾਇਦਾ ਕੀ ਹੋਗਾ ਯੂ ਆਰ ਡਿਸਟਰੋਇੰਗ ਯੋਰ ਇੰਸਟੀਟਿਊਸ਼ਨਸ ਮੈਂ ਦੇ ਖਿਲਾਫ ਹਾਂ ਇਸੇ ਨਾਟ ਥੈਟ ਐਟ ਆਲ ਦੇਖੋ ਇਹ ਜਿਹੜੀ ਜਿਹੜਾ ਇਹ ਬੰਦੇ ਇਕੱਠੇ ਹੋਏ ਨੇ ਬੰਦੇ ਇਕੱਠੇ ਹੋਏ ਨੇ ਕਿਉਂਕਿ ਉਹ ਸਮਝਦੇ ਸੇ ਕਿ ਉੱਥੇ ਜਿਹੜਾ ਕੁਝ ਹੋ ਰਿਹਾ ਪੰਜਾਬ ਬਰਗਾੜੀ ਦੀ ਫਾਇਰਿੰਗ ਔਰ ਬਾਕੀ ਜਿਹੜਾ ਇੱਥੇ ਬੇਅਦਬੀ ਵਗੈਰਾ ਹੋ ਰਿਹਾ ਉਹਦੇ ਵਾਸਤੇ ਨਾ ਦੇ ਉਹ ਖਾਲਸਤਾਨ ਵਾਸਤੇ ਤਾਂ ਨਹੀਂ ਗਏ ਉੱਥੇ ਮਾਨ ਨੂੰ ਬੋਲਣ ਨਹੀਂ ਦਿੱਤਾ ਕਿਉਂ ਬਿਕੋਜ਼ ਇਸੇ ਇੱਥੇ ਸਟੇਜ ਤੇ ਖਾਲਸਤਾਨ ਨਹੀਂ ਹੋਏਗੀ ਉਹ ਜੋ ਮਰਜੀ ਮਾਨ ਕਹੇ ਬਟ ਉਹਨੂੰ ਪੂਜਦਾ ਸੀ ਉੱਥੇ ਉਹਨਾਂ ਨੂੰ ਦੇ ਵਾਂਟਡ ਕਿ ਇਹ ਜਿਹੜੇ ਹਾਲਾਤ ਨੇ ਸੁਧਰਨ ਲੇਕਿਨ ਜਿਹੜੇ ਆ ਇੱਥੇ ਬੇਅਦਬੀ ਹੋਈ ਆ ਉਹਦਾ ਕੋਈ ਹਲਕਟਿਆ ਜਾਵੇ ਪੰਜਾਬ ਸਰਕਾਰ ਵੱਲੋਂ ਸਰਬਤ ਖਾਲਸਾ ਤੋਂ ਬਾਅਦ ਕਈ ਆਗੂਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਆ ਉਹਨਾਂ ਕਿਹਾ ਕਿ ਇਸ ਨਾਲ ਮਾਹੌਲ ਠੀਕ ਨਹੀਂ ਹੋਏਗਾ ਸਗੋ ਵਿਗੜੇਗਾ ਉਹਨਾਂ ਕਿਹਾ ਕਿ ਸਰਬਤ ਖਾਲਸਾ ਵਿੱਚ ਇਕੱਠ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਸੀ ਤੇ ਜੇ ਲੋਕਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਉਹ ਇਸ ਵਿੱਚ ਨਹੀਂ ਜਾਂਦੇ ਕੈਪਟਨ ਨੇ ਕਿਹਾ ਕਿ ਉਹ ਸਰਬਤ ਖਾਲਸਾ ਵੱਲੋਂ ਜਥੇਦਾਰ ਬਦਲਣ ਅਤੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੁਤਬੇ ਨੂੰ ਘਟਾਉਣ ਦੇ ਵਿਰੋਧਾਨ ਇਹ ਸੰਸਥਾਵਾਂ ਕੁਰਬਾਨੀਆਂ ਕਰਕੇ ਬਣੀਆਂ ਹਨ ਤੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ ਮੈਂ ਉਹਨੂੰ 10 ਵਾਰ ਕਿਹਾ ਇਸ ਸੁਖਵੀਰ ਬਾਦਲ ਨੂੰ ਪਤਾ ਨਹੀਂ ਉਹਦੇ ਅਕਲ ਹੈ ਜਾਂ ਨਹੀਂ ਹੈ ਪਰ ਇਹ ਜਿਹੜਾ ਰਾਹੁਲ ਗਾਂਧੀ ਸੀ ਉਹ 12 ਸਾਲ ਦੀ ਉਮਰ ਦਾ ਸੀ ਉਹਦਾ ਮੈਨੂੰ ਪੁੱਛੋ ਮੈਂ ਤਾਂ ਵਿੱਚ ਸੀ ਉਹਦੇ ਵਿੱਚ ਮੈਨੂੰ ਪੁੱਛਦਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਸੁਣਾ ਦੇਣੀ ਹੈ ਉਹਨੂੰ ਇਸ ਬੱਚੇ ਨੂੰ ਕਿਉਂ ਪੁੱਛੋਗੇ ਤੁਸੀਂ ਵਾਟ ਇਜ਼ ਹੀ ਗੋਇੰਟ ਟੂ ਸੇ ਉਹ ਤਾਂ ਬਾਹਰ ਉਹ ਤਾਂ ਕਿਤੇ ਪੜ ਰਿਹਾ ਸੀ ਸਕੂਲ 'ਚ ਬੈਠਾ ਵਾਟ ਡਸ ਹੀ ਨੋ ਕਿ 84 ਚ ਕੀ ਹੋਇਆ ਕੈਪਟਨ ਅਰਮਿੰਦਰ ਸਿੰਘ ਨੇ ਕਿਹਾ ਕਿ ਲੋਕ ਅਕਾਲੀ ਸਰਕਾਰ ਨੂੰ ਬਦਲਣ ਲਈ ਤੁਰ ਪਏ ਨੇ ਤੇ ਉਹਨਾਂ ਦਾਵਾ ਕੀਤਾ ਕਿ ਅਗਲੀ ਸਰਕਾਰ ਕਾਂਗਰਸ ਹੀ ਬਣਾਏਗੀ ਕੈਪਟਨ ਅਮਨਿੰਦਰ ਸਿੰਘ ਦੀ ਕਿਤਾਬ ਰਿਲੀਜ਼ ਦੇ ਮੌਕੇ ਤੇ ਵੱਡੀ ਗਿਣਤੀ 'ਚ 1965 ਦੀ ਜੰਗ 'ਚ ਉਹਨਾਂ ਨਾਲ ਹਿੱਸਾ ਲੈ ਚੁੱਕੇ ਸਾਬਕਾ ਫੌਜੀ ਅਫਸਰ ਤੇ ਅਧਿਕਾਰੀ ਮੌਜੂਦ ਸਨ ਉੱਥੇ ਹੀ ਕਈ ਕਾਂਗਰਸੀ ਵਿਧਾਇਕ ਤੇ ਸਾਬਕਾ ਵਿਧਾਇਕ ਅਤੇ ਕਈ ਉੱਗਿਆ ਸ਼ਖਸੀਅਤਾਂ ਵੀ ਇਸ ਮੌਕੇ ਪੁੱਜੀਆਂ ਹੋਈਆਂ ਸਨ ਇਸ ਕਿਤਾਬ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਇੱਕ ਹੋਰ ਫੌਜੀ ਸਾਥੀ ਨਾਲ ਮਿਲ ਕੇ ਲਿਖਿਆ ਗਿਆ ਹੈ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 1965 ਦੀ ਭਾਰਤ-ਪਾਕ ਜੰਗ ਦੇ ਆਪਣੇ ਨਿੱਜੀ ਤਜਰਬਿਆਂ ਨੂੰ ਵੀ ਸਾਂਝਾ ਕੀਤਾ ਚੰਡੀਗੜ੍ਹ ਤੋਂ ਕਾਸਿਫ ਫਾਰੂਕੀ ਦੀ ਰਿਪੋਰਟ ਫ੍ਰੀ ਮੀਡੀਆ ਸੁਰਾਜ ਮੂਹਿਮ ਦੇ ਆਗੂ ਯੋਗਿੰਦਰ ਯਾਦਵ ਦੇ ਮੁਤਾਬਿਕ ਪੰਜਾਬ ਇਸ ਸਮੇਂ ਸਿਆਸੀ ਖਲਾਅ ਤੋਂ ਗੁਜ਼ਰ ਰਿਹਾ ਅਤੇ ਲੋਕੀ ਕਾਂਗਰਸ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋ ਚੁੱਕੇ ਨੇ ਯੋਗਿੰਦਰ ਯਾਦਵ ਨੇ ਕਿਹਾ ਕਿ ਸੁਰਾਜ ਮੂਹਿਮ ਪੰਜਾਬ ਵਾਸੀਆਂ ਨੂੰ ਇੱਕ ਚੰਗਾ ਵਿਕਲਪ ਦੇਗੀ ਸੁਰਾਜ ਮੂਹਿਮ ਦੇ ਆਗੂ ਯੋਗਿੰਦਰ ਯਾਦਵ ਇਸ ਵਕਤ ਸਾਡੇ ਨਾਲ ਨੇ ਪੰਜਾਬ ਵਿੱਚ ਸਿਆਸੀ ਜ਼ਮੀਨ ਦੀ ਤਲਾਸ਼ ਹੈ ਸੁਰਾਜ ਮੂਹਿਮ ਨੂੰ ਕੀ ਕਾਮਯਾਬ ਹੋ ਪਾਏਗੀ ਹੋਰ ਪੰਜਾਬ ਦੇ ਹਾਲਾਤ ਦੇ ਬਾਰੇ ਸਵਰਾਜ ਮੁਹਿੰਮ ਕੀ ਸੋਚਦੀ ਉਹਨਾਂ ਨਾਲ ਗੱਲ ਕਰਦੇ ਆ ਯੁਗਿੰਦਰ ਜੀ ਸਭ ਤੋਂ ਪਹਿਲਾ ਸਵਾਲ ਤੇ ਇਹ ਹੈ ਕਿ ਤੁਸੀਂ ਪੰਜਾਬ ਹੁਣ ਫੇਰ ਥੋੜਾ ਚੱਕਰ ਲੱਗ ਗਿਆ ਹੈ ਤੁਸੀਂ ਕਈ ਇਲਾਕਿਆਂ ਵਿੱਚ ਵੀ ਗਏ ਹੋ ਲੇਕਿਨ ਸਵਰਾਜ ਮੁਹਿੰਮ ਦੇ ਕੋਈ ਸਿਆਸੀ ਆਧਾਰ ਤੇ ਹੈ ਕੋਈ ਜ਼ਮੀਨ ਤੇ ਹੈ ਨਹੀਂ ਪੰਜਾਬ ਵਿੱਚ ਸੋ ਇਹ ਜ਼ਮੀਨ ਤਲਾਸ਼ਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਾਮਯਾਬ ਹੋਏਗੀ ਤੁਸੀਂ ਕਿਹਾ ਸਵਰਾਜ ਮੁਹਿੰਮ ਆਪਣੇ ਲਈ ਸਿਆਸੀ ਜ਼ਮੀਨ ਤਲਾਸ਼ ਰਹੀ ਹੈ ਇਹ ਸਾਡਾ ਮੇਨ ਮੋਟਿਵ ਨਹੀਂ ਹੈਗਾ ਐ ਇਸ ਵੇਲੇ ਪੰਜਾਬ 'ਚ ਜਿਸ ਤਰ੍ਹਾਂ ਦਾ ਕ੍ਰਾਈਸਿਸ ਹੈਗਾ ਆ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਜਿਹੜੇ ਹਮਦਰਦ ਨੇ ਸਭ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਇਸ ਦਾ ਸੋਲੂਸ਼ਨ ਦੀ ਖੋਜ ਹੈ ਥੈਟ ਇਜ਼ ਵਾਟ ਵੀ ਨੀਡ ਟੂ ਸਰਚ ਫਾਰ ਰਾਦਰ ਥੈਨ ਪੋਲਿਟিক্যাল ਗਰਾਉਂਡ ਫॉर ਥਿਸ অর ਥੈਟ ਗਰੁੱਪ ਮੈਂ ਤਾਂ ਚੋਣ ਦਾ ਸਟੂਡੈਂਟ ਰਿਆ ਪਪੂਲਰ ਸਰਕਾਰਾਂ ਵੇਖੀਆਂ ਨੇ ਅਨਪਪੂਲਰ ਸਰਕਾਰਾਂ ਵੇਖੀਆਂ ਨੇ

ਅੱਜ ਆਵਾਜ਼ ਹੈ ਕਿ ਪੰਜਾਬ 'ਚ ਪੋਲਿਟੀਕਲ ਵੈਕਿਊਮ ਹੈ ਪੰਜਾਬ ਤੇ ਇੰਨੀ ਵੱਡੀ ਉਥਲ ਪਤਲ ਹੋਈ ਪਿਛਲੇ 1 ਮਹੀਨੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਕਿੱਥੇ ਸੀ ਆਮ ਆਦਮੀ ਪਾਰਟੀ ਕਿੱਥੇ ਸੀ ਆਮ ਆਦਮੀ ਪਾਰਟੀ ਫਾਰਮਰਸ ਐਜੀਟੇਸ਼ਨ ਵਲੋਂ ਕਿੱਥੇ ਸੀ ਆਮ ਆਦਮੀ ਪਾਰਟੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਇਟਸ ਸਵਰਾਜ ਮੂਹਮ ਕੋਲ ਕੀ ਕੋਈ ਇਹੋ ਜਿਹਾ এজেন্ডਾ ਹੈ ਕੋਈ ਅਵਜੀ ਰਣਨੀਤੀ ਹੈ ਕਿ ਜਿਹੜਾ ਪੋਲਿਟੀਕਲ ਵੈਕਿਊਮ ਫਿਲ ਕਰਨ ਦੀ ਗੱਲ ਹੈ ਉਹ ਪੂਰੀ ਕਰ ਸਕੇ ਪੰਜਾਬ ਦੇ ਸਾਰੇ ਲੋਕ ਕੀ ਕਹਿ ਰਹੇ ਨੇ ਜਿਨ੍ਹਾਂ ਨੂੰ ਮੈਂ ਮਿਲਿਆ ਜਿਨ੍ਹਾਂ ਦਾ ਪੋਲਿਟਿਕਸ ਨਾਲ ਬਹੁਤ ਕੋਈ ਵਾਸਤਾ ਨਹੀਂ ਹੈਗਾ ਉਹ ਕਹਿ ਰਹੇ ਨੇ ਬਈ ਹੁਣ ਤਾਂ ਬਹੁਤ ਹੋ ਗਈ ਹੋਰ ਕੋਈ ਤਾਂ ਆਲਟਰਨੇਟਿਵ ਦੇ ਨਹੀਂ ਸਕਦਾ ਸਾਨੂੰ ਇੱਕ ਨਏ ਆਲਟਰਨੇਟਿਵ ਦੀ ਲੋੜ ਹੈਗੀ ਉਸ ਨਏ ਆਲਟਰਨੇਟਿਵ ਲਈ ਉਸੇ ਵੇਲੇ ਕੰਮ ਹੋ ਸਕਦਾ ਜਦੋਂ ਕੋਈ ਕਹੇ ਕਿ ਮੇਰਾ ਝੰਡਾ ਇੰਪੋਰਟੈਂਟ ਨਹੀਂ ਹੈਗਾ ਮੇਰਾ ਲੈਟਰ ਹੈਡ ਇੰਪੋਰਟੈਂਟ ਨਹੀਂ ਹੈਗਾ ਮੈਂ ਇੰਪੋਰਟੈਂਟ ਨਹੀਂ ਆ ਪੰਜਾਬ ਇੰਪੋਰਟੈਂਟ ਸਵਰਾਜ ਲਹਿਰ ਦੇ ਸਾਥੀਆਂ ਨੇ ਇਹ ਭੂਮਿਕਾ ਆਪਣੇ ਲਈ ਕੀਤੀ ਹੈ ਸਵਰਾਜ ਮੁਹਿਮ ਜਾ ਸਕਦੀ ਹੈ ਕਾਂਗਰਸ ਦੇ ਨਾਲ ਜਾਂ ਕਿਸੇ ਹੋਰ ਪਾਰਟੀ ਨਾਲ ਅਲਾਈਨਸ ਕਰ ਸਕਦੀ ਹੈ ਕਾਂਗਰਸ ਦੇ ਨਾਲ ਜਾਣ ਦਾ ਸਵਾਲ ਹੀ ਨਹੀਂ ਹੁੰਦਾ ਪੰਜਾਬ 'ਚ ਜਿਸ ਤਰ੍ਹਾਂ ਦੀ ਅੱਜ ਪ੍ਰੋਬਲਮ ਹੈਗੀ ਹੈ ਉਹ ਉਸ ਦੀ ਜੜ 'ਚ ਕਾਂਗਰਸ ਪਾਰਟੀ ਹੈ 84 ਦੇ ਦੰਗਿਆਂ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਨਾਲ ਜਾ ਕੇ ਕੋਈ ਪੰਜਾਬ 'ਚ ਖੜਾ ਹੋ ਕੇ ਆਪਣਾ ਸਰੂੱਚਾ ਕਰਕੇ ਕਰ ਸਕਦਾ ਹੈ ਕੰਮ ਸਵਾਲ ਹੀ ਨਹੀਂ ਹੈ ਇਹਨੂੰ ਤੁਹਾਡੀ ਗੱਲ ਤੋਂ ਲੱਗ ਰਿਹਾ ਯਾਨੀ ਇੱਕ ਅਰਵਿੰਦ ਕੇਜੀਵਾਲ ਨੇ ਵੀ ਕਹੇ ਸੀ ਕਿ ਬਣਾ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹਨ ਸੋ ਮੋਹੇਸਵਰ ਰਾਜ ਮੁਹਿਮਦਾਰ ਰਲੇਵਾ ਹੋ ਨਹੀਂ ਸਕਦਾ ਆਮ ਆਦਮੀ ਪਾਰਟੀ ਨਾਲ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਆਮ ਆਦਮੀ ਪਾਰਟੀ ਚ ਇਹ ਲੀਡਰ ਨੇ ਤੁਸੀਂ 6 ਮਹੀਨੇ ਹੋਰ ਵੇਖ ਲਓ ਮੈਂ ਦਿੱਲੀ ਵੇਖੀ ਸੀ ਜਿਸ ਜਿਸ ਤਰ੍ਹਾਂ ਦੇ ਲੋਕੀਏ ਇਹਦੇ ਜਿਸ ਦਿਨਾਂ ਤਰ੍ਹਾਂ ਦੇ ਲੀਡਰ ਆਮ ਆਦਮੀ ਪਾਰਟੀ ਦੇ ਵਿੱਚ ਇੰਪੋਰਟ ਕੀਤੇ ਜਾਣੇ ਜੇ ਦੀ ਸ਼ੁਰੂਆਤ ਹੋ ਚੁੱਕੀ ਹੈ ਉਹ ਵੇਖ ਕੇ ਪੰਜਾਬੀਆਂ ਨੂੰ ਲੱਗਣਾ ਕਿ ਬਈ ਇਸ ਪਾਰਟੀ ਚ ਤੇ ਦੂਜੀ ਪਾਰਟੀਆਂ ਤੇ ਕੋਈ ਡਿਫਰੈਂਸ ਹੈਗਾ ਬਹੁਤ ਬਹੁਤ ਧੰਨਵਾਦ ਜੀ ਸਵੈਸਨ ਸੁਰਾਜ ਮੁਹਿੰਮ ਦੇ ਆਗੂ ਯੋਗਿੰਦਰ ਯਾਦਵ ਉਹਨਾਂ ਦਾ ਕਹਿਣਾ ਹੈ ਕਿ ਇਸ ਵਕਤ ਜੋ ਪੋਲਿਟੀਕਲ ਵੈਕਿਊਮ ਪੰਜਾਬ ਦੇ ਲੋਕ ਚੱਲ ਰਹੇ ਨੇ ਸੋ ਇੱਕ ਨਵੀਂ ਇਕ ਫਰੰਟ ਤੇ ਵੇਟ ਹੋ ਰਹੀ ਹੈ ਉਹ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਸੁਰਾਜ ਮਹਿੰਮ ਇਸਰਾਦਾ ਕੋਈ ਸਪੇਸ ਫਿਲ ਕਰ ਸਕਦਾ ਹੈ ਜਿਸ ਰਣਨੀਤੀ ਨਾਲ ਉਹ ਆਨ ਦੀ ਤਿਆਰੀ ਕਰ ਰਹੇ ਨੇ ਪੰਜਾਬ ਵਿੱਚ ਉਹਦੇ ਨਾਲ ਇਸ ਖਾਲੀ ਪੰਨ ਨੂੰ ਹੋਰ ਇੱਕ ਜੜਾ ਨਿਆ ਇੰਤਜ਼ਾਰ ਹੋ ਰਿਹਾ ਹੈ ਪੰਜਾਬ ਵਿੱਚ ਕਿ ਕੁਝ ਆਮ ਆਦਮੀ ਪਾਰਟੀ ਤੋਂ ਵੀ ਉਹਨਾਂ ਨੂੰ ਲੱਗਦਾ ਸੀ ਕਿ ਉਮੀਦ ਹੈ ਬਟ ਉਹ ਵੀ ਨਹੀਂ ਰਹੀ ਸੋ ਇੱਕ ਨਈ ਪਾਰਟੀ ਦੀ ਸ਼ਾਇਦ ਉਮੀਦ ਹੋ ਰਹੀ ਹੈ ਉਹ ਸੁਰਾਜ ਮਹਿੰਮ ਜਿਹੜਾ ਉਹ ਪੂਰੀ ਕਰ ਸਕਦੀ ਹੈ ਚੱਡਿਗੜ੍ਹ ਤੋਂ ਕੈਮਰਾ ਪਰਸਨ ਪੰਗਤ ਸ਼ਰਮਾ ਦਿਨਾਲ ਰਜਿੰਦਰ ਕੌਰ ਫਰੀ ਮੀਡੀਆ ਸਰਬਤ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮਣ ਨੂੰ ਦੇਸ਼द्रोह ਦੇ ਮਾਮਲੇ 'ਚ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਪੁਲਿਸ ਨੇ ਧਿਆਨ ਸਿੰਘ ਮਣ ਦੇ 14 ਦਿਨਾਂ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਪੁਲਿਸ ਨੂੰ ਸਿਰਫ 1 ਦਿਨ ਦਾ ਹੀ ਰਿਮਾਂਡ ਦਿੱਤਾ ਹੁਣ ਧਿਆਨ ਸਿੰਘ ਮਣ ਨੂੰ ਸ਼ੁੱਕਰਵਾਰ ਫਿਰ ਅਦਾਲਤ 'ਚ ਪੇਸ਼ ਕੀਤਾ ਜਾਏਗਾ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ 6 ਨਵੰਬਰ ਨੂੰ ਚੰਡੀਗੜ੍ਹ 'ਚ ਹੋਏਗੀ ਇਸ ਮੀਟਿੰਗ ਵਿੱਚ ਸ਼ਿਰਮਣੀ ਕਮੇਟੀ ਵੱਲੋਂ ਕਰਵਾਈ ਜਾਣ ਵਾਲੀ ਵਿਸ਼ ਪੰਜਾਬੀ ਕਾਨਫਰੰਸ ਬਾਰੇ ਚਰਚਾ ਹੋ ਸਕਦੀ ਹੈ ਸ਼ਿਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਖਣ ਨੇ ਕਿਹਾ ਕਿ 26 ਨੂੰ ਹੋਣ ਵਾਲੀ ਅੰਤਰੰਕ ਕਮੇਟੀ ਦੀ ਬੈਠਕ ਵਿੱਚ ਜਥੇਦਾਰਾਂ ਨੂੰ ਹਟਾਉਣ ਬਾਰੇ ਕੋਈ ਏਜੰਡਾ ਸ਼ਾਮਿਲ ਨਹੀਂ ਕੀਤਾ ਗਿਆ ਉਨ੍ਹਾਂ ਸਾਬ ਕਿਹਾ ਕਿ 11 ਨਵੰਬਰ ਨੂੰ ਬੰਦੀ ਛੋੜ ਦਿਵਸ ਮੌਕੇ ਹਰ ਮੰਦਰ ਸਾਹਿਬ ਵਿੱਚ ਹੋਈ ਹੁੱਲੜਬਾਜ਼ੀ ਦੀ ਜਾਂਚ ਲਈ ਬਣਾਈ ਕਮੇਟੀ ਵੱਲੋਂ ਜਲਦੀ ਜਾਂਚ ਸ਼ੁਰੂ ਕੀਤੀ ਜਾਏਗੀ ਉਨਾ ਕਿਹਾ ਕਿ ਸਰਬਤ ਖਾਲਸਾ ਵਿੱਚ ਸ਼ਾਮਿਲ ਹੋਏ ਅਰਦਾਸੀਏ ਜਾਂ ਹੋਰ ਮੁਲਾਜ਼ਮਾਂ ਦੀ ਵੀ ਜਾਂਚ ਕੀਤੀ ਜਾਏਗੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ 6 ਸ਼ਹਿਰਾਂ ਤੋਂ ਪਾਣੀ ਦੇ ਸੈਂਪਲ ਲਏ ਨੇ। ਇਸ ਟੀਮ ਨੇ ਲੁਧਿਆਣਾ ਸ਼ਹਿਰ ਦੇ ਹੀ 11 ਸਥਾਨਾਂ ਤੋਂ ਪਾਣੀ ਦੇ ਸੈਂਪਲ ਲਏ ਨੇ। ਜਿਨ੍ਹਾਂ ਸ਼ਹਿਰਾਂ ਤੋਂ ਪਾਣੀ ਦੇ ਸੈਂਪਲ ਪਰੇ ਗਏ ਨੇ ਉਹਨਾਂ ਵਿੱਚ ਮੁਹਾਲੀ, ਲੁਧਿਆਣਾ, ਜਲੰਧਰ, ਬਟਿੰਡਾ, ਅਮਰitsar ਅਤੇ ਗੁਰਦਾਸਪੁਰ ਮੁੱਖ ਤੌਰ ਤੇ ਸ਼ਾਮਿਲ ਨੇ। ਇਸ ਟੀਮ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਾਲ ਸ਼ਾਮਲ ਸਨ ਪਾਣੀ ਦੇ ਸੈਂਪਲ ਲੈਣ ਤੋਂ ਬਾਅਦ ਜਾਂਚ ਲਈ ਉਹਨਾਂ ਨੂੰ ਲੈਬਾਰਟਰੀ 'ਚ ਭੇਜ ਦਿੱਤਾ ਗਿਆ ਕੁਝ ਸਮਾਂ ਪਹਿਲਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਪਾਣੀ 'ਚ ਯੂਰੇਨੀਅਮ ਦਾ ਸ਼ੱਕ ਜਤਾਇਆ ਸੀ ਜਿਸ ਤੋਂ ਬਾਅਦ ਹੀ ਇਹ ਸੈਂਪਲ ਭਰੇ ਗਏ ਨੇ ਪੰਜਾਬ ਵਿੱਚ ਇਕੋ ਟੂਰਿਜ਼ਮ ਵਿਭਾਗ ਵੱਲੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹਰੀਕੇ ਚੀਲ੍ਹ ਬਸਾਂ ਚਲਾਈਆਂ ਜਾਣਗੀਆਂ ਪ੍ਰੋਜੈਕਟ ਡਾਇਰੈਕਟਰ ਬਸੰਤਾ ਰਾਜ ਕੁਮਾਰ ਦੇ ਮੁਤਾਬਿਕ ਜਲ ਬਸਾਂ ਚਲਾਉਣ ਲਈ ਗੋਆ ਦੀ ਕੰਪਨੀ ਨਾਲ ਸਮਝੌਤਾ ਹੋ ਰਿਹਾ ਹੈ ਤੇ ਕੰਪਨੀ ਵੱਲੋਂ ਪੰਜਾਬ ਵਿੱਚ ਜਲ ਬਸਾਂ ਮੁਹੱਈਆ ਕਰਵਾਈਆਂ ਜਾਣਗੀਆਂ ਹਰੀਕੇ ਪਤਣ ਛੀਲ ਵਿਖੇ ਜਲ ਬਸਾਂ ਚਲਾਉਣ ਲਈ ਇਕੋ ਟੂਰਿਜ਼ਮ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਇਸ ਪ੍ਰੋਜੈਕਟ ਲਈ ਵਣ ਵਿਭਾਗ ਜੰਗਲੀ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹਿਰੀ ਵਿਭਾਗ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਾਰੇ ਮਾਮਲਿਆਂ ਤੇ ਆਪਣੀ ਰਿਪੋਰਟ ਦੇਗੀ। ਸਾਭਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਬੋਲਿਆ ਹੈ। ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੇਸ਼ ਮਾਰੂ ਨੇ। ਮਨਮੋਹਨ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦਿਸ਼ਾਹੀਣ ਨੇ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਨ ਦੇ ਮੌਕੇ ਤੇ ਬੋਲ ਰਹੇ ਸਨ ਡਾਕਟਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਸਮੱਸਿਆਵਾਂ ਨੂੰ ਉਸ ਤਰ੍ਹਾਂ ਨਹੀਂ ਠੀਕ ਕਰ ਰਹੀ ਜਿਵੇਂ ਇੰਦਰਾ ਗਾਂਧੀ ਹਮੇਸ਼ਾ ਕਰਦੇ ਸਨ ਬਨਵੰਦ ਸਿੰਘ ਨੇ ਮੋਦੀ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੇ ਬੰਗਲਾਦੇਸ਼ ਦੇ ਬਨਣ ਤੋਂ ਬਾਅਦ ਇੰਦਰਾ ਗਾਂਧੀ ਨੂੰ ਦੁਰਗਾ ਕਿਆ ਸੀ ਉਹਨਾਂ ਨੇ ਯੂਥ ਕਾਂਗਰਸ ਨੂੰ ਮੋਦੀ ਸਰਕਾਰ ਦੀਆਂ ਪੜਕਾਉਣ ਨੀਤੀਆਂ ਖਿਲਾਫ ਡਟਣ ਲਈ ਕਿਹਾ the country have no sense of direction. And this is largely because the Planning Commission, with all its deficiencies, was a positive, dynamic instrument of steering the country towards the path of self-sustained economic growth. उधर कांग्रेस उप प्रधान राहुल गांधी ने आर एस एसा हमला बोलिया ने इल्जाम लगाया कि राहुल गांधी ने सा फर्क नहीं पैंता कांग्रेस उप प्रधान दिल्ली यूथ कांग्रेस वालों इंदिरा गांधी जन्म दिवस मौके रखे एक समागम संबोधन कर रहे छह महीने के अंदर अगर आपको कुछ मिलेंगे बंद कर मगर ये जो आप कचरा ये जो आप हफ्ता ये जो आप कचरा सुनो, सुनो ये जो आप कचरा अपने सब्जों से मेरे ऊपर फेंकवाते हो मेरे परिवार के ऊपर आप सालों से फेंकते हो अब आप ऑपरेशन में नहीं हो अब आप सरकार में हो छप्पन छप्पन इंच की छाती निकालो इस लगाओ मेरे पीछे और मुझे बड़ बनाया ਕੇਨ ਸਰਕਾਰ ਨੇ ਉਸ ਪ੍ਰਕਿਰਿਆ ਦਾ ਖਰੜਾ ਬਣਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਜਿਸ ਦਾ ਪਾਲਨ ਸੁਪਰੀਮ ਕੋਰਟ ਦਾ ਕਾਲੇਜੀਅਮ ਉੱਚ ਅਦਾਲਤਾਂ ਵਿੱਚ ਜੱਜਾਂ ਦੀ ਨਿਯੁਕਤੀ ਲਈ ਕਰੇਗਾ। ਬੀਤੇ ਦਿਨ ਸੁਪਰੀਮ ਕੋਰਟ ਨੇ ਕਾਲੇਜੀਅਮ ਪ੍ਰਬੰਧ ਦੇ ਸੁਧਾਰ ਦੇ ਮੁੱਦੇ ਤੇ ਸਾਰੇ ਸੁਝਾਵਾਂ ਤੇ ਵਿਚਾਰ ਕਰਨ ਤੋਂ ਬਾਅਦ ਉੱਚ ਅਦਾਲਤਾਂ ਜੱਜਾਂ ਦੀਆਂ ਨਿਯੁਕਤੀਆਂ ਲਈ ਸਰਕਾਰ ਨੂੰ ਇੱਕ ਮੈਮੋਰੰਡਮ ਆਫ ਪ੍ਰੋਸੀਜਰ ਦਾ ਖਰੜਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ ਜਿਸ ਤੋਂ ਕੇਨ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। हूँ कुछ कौमांतरी खबर पैरिस एक उपनगर इच पुलिस वालों व्डे पद्धर से छापेमारी की गई शक जताया गया है कि इस हमले पैरिस हमलिया का मास्टर माइंड अब्देल हामिद भी मारिया गया है पर अब्देल हामिद की मौत बारे अजे भी स्थिति स्पष्ट नहीं हो पाई है इस छापेमारी एक महिला आत्मघाती हमलावर समेत घट्टों घट्ट तो दो मारे गए सन पैरिस हमलों तो बाद पुलिस पूरे पैरिस छापेमारी कर रही है फेसबुक ਤੇ ਭਾਰਤ ਇਚ 6 ਫਾਰ ਜਸਟਿਸ ਪੇਜ ਤੇ ਲਗਾਈ ਗਈ ਰੋਕ ਪਰਕਰਾਰ ਰਹੀ ਕਿ ਇੱਕ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਇਸ ਪਾਬੰਦੀ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਮਰੀਕਾ ਦੀ ਇੱਕ ਅਦਾਲਤ ਨੇ ਫੈਸਲਾ ਸੁਣਾੰਦਿਆ ਕਿ ਭਾਰਤ ਇਚ ਇਸੇ ਰੋਕ ਲਗਾਈ ਜਾ ਸਕਦੀ ਏ 6 ਫਾਰ ਜਸਟਿਸ ਸੰਸਥਾ ਨੇ ਇਸ ਪਟੀਸ਼ਨ ਇਚ ਕਿਹਾ ਸੀ ਕਿ ਇਹ ਕਮਿਊਨੀਕੇਸ਼ਨ ਡਿਸੈਂਸੀ ਐਕਟ ਦੇ ਨਿਯਮਾਂ ਦੀ ਉਲੰਘਣਾ ਏ 6 ਫਾਰ ਜਸਟਿਸ ਉਹ ਸੰਸਥਾ ਹੈ ਜੋ ਕਾਫੀ ਲੰਬੇ ਸਮੇਂ ਤੋਂ ਸਿੱਖਿਆ ਦੇ ਅਧਿਕਾਰਾਂ ਲਈ ਲੜਾਈ ਲੜਦੀ ਆ ਰਹੀ ਏ ਇਸ ਸੰਸਥਾ ਨੇ 1984 ਸਿੱਕਤਲੇ ਆਮ ਦੇ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਕਾਰਵਾਈ ਲਈ ਵੀ ਲੜਾਈ ਲੜੀ ਸੀ ਹਾਲਾਂਕਿ ਬਾਅਦ 'ਚ ਅਮਰੀਕੀ ਅਦਾਲਤ ਤੋਂ ਸੋਨੀਆ ਗਾਂਧੀ ਨੂੰ ਰਾਹਤ ਮਿਲ ਗਈ ਸੀ ਸੰਸਥਾ ਦੇ ਪੇਜ ਤੇ ਭਾਰਤ 'ਚ ਲੱਗੀ ਪਾਬੰਦੀ ਕਾਰਨ ਸਿੱਖਾਂ 'ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਕਿਉਂਕਿ ਉਹ ਇਸ ਪੇਜ ਦੀ ਮਦਦ ਨਾਲ ਦੁਨੀਆ ਭਾਰੀ 'ਚ ਬੈਠੇ ਸਿੱਖਾਂ ਨਾਲ ਜੁੜੇ ਹੋਏ ਸਨ ਦ ਰਿਪਬਲਿਕਨ ਪਾਰਟੀ ਤੋਂ ਰਾਸ਼ਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਕੁਝ ਮਸਜਿਦਾਂ ਨੂੰ ਬੰਦ ਕਰਨ ਦੀ ਸਲਾਹ ਦਿੱਤੀ ਹੈ। ਇਹ ਸਲਾਹ ਉਹਨਾਂ ਨੇ ਇੱਕ ਕੇਬਲ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਦਿੱਤੀ। ਡੋਨਾਲਡ ਟਰੰਪ ਨੇ ਕਿਹਾ ਕਿ ਮਸਜਿਦਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਮਸਜਿਦਾਂ ਬਾਰੇ ਇੱਕ ਸਰਵੇ ਹੋਣਾ ਚਾਹੀਦਾ ਹੈ। ਉਦੋਂ ਅਮਰੀਕੀ ਖੁਫੀਆ ਏਜੰਸੀ CIA ਨੇ ਕਿਹਾ ਹੈ ਕਿ IS ਦੇ ਨਵੇਂ ਹਮਲੇ ਦੀ ਤਿਆਰੀ ਵੀ ਕਰ ਲਈ ਹੋਈ ਹੈ। CIA ਦੇ ਡਾਇਰੈਕਟਰ ਜான் ਬ੍ਰੈਨਨ ਨੇ ਕਿਹਾ ਹੈ ਕਿ ਸੀਰੀਆ ਤੇ ਇਰਾਕ ਵਿੱਚੋਂ ਵਾਪਸ ਪਰਤ ਰਹੇ ਲੋਕਾਂ ਤੇ ਵੀ ਨਜ਼ਰ ਰੱਖਣੀ ਜ਼ਰੂਰੀ ਏ ਅਮਰੀਕਾ ਦੇ ਬਾਲਟਿਮੋਰ ਦੇ ਹਵਾਈ ਅੱਡੇ ਉੱਤੇ ਸ਼ੱਕ ਤੇ ਚਲਦੇ ਹੋਏ ਚਾਰ ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ ਜਿਨ੍ਹਾਂ ਯਾਤਰੀਆਂ ਨੂੰ ਫਲਾਈਟ ਤੋਂ ਥੱਲੇ ਉਤਾਰਿਆ ਗਿਆ ਉਹ ਸਾਰੇ ਯਾਤਰੀ ਮੁ슬ਮਨ ਪਛਾਰੇ ਦੇ ਦੱਸੇ ਜਾ ਰਹੇ ਨੇ ਇਹ ਫਲਾਈਟ ਬਾਲਟਿਮੋਰ ਤੋਂ ਸ਼ਿਕਾਗੋ ਜਾ ਰਹੀ ਸੀ ਇਨ੍ਹਾਂ ਯਾਤਰੀਆਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਅਲਟੀਮਰ ਪੁਲਿਸ ਮੁਤਾਬਕ ਜਹਾਜ਼ ਦੇ ਅਮਲੇ ਨੇ ਯਾਤਰੀਆਂ ਦੀ ਸ਼ੱਕੀ ਹਰਕਤ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਹੀ ਸੁਰੱਖਿਆ ਦੇ ਚਲਦੇ ਇਨ੍ਹਾਂ ਯਾਤਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਪੈਰਿਸ ਹਮਲੇ ਤੋਂ ਬਾਅਦ ਅਮਰੀਕਾ ਉੱਤੇ ਵੀ ਆਈਐਸ ਨੇ ਹਮਲਾ ਕਰਨ ਦੀ ਧਮਕੀ ਦਿੱਤੀ ਹੋਈ ਹੈ ਜਿਸ ਤੋਂ ਬਾਅਦ ਅਮਰੀਕਾ ਦੇ ਸਾਰੇ ਹਵਾਈ ਅੱਡਿਆਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਮਰੀਕੀ ਸੰਸਦਾਂ ਦੇ ਇੱਕ ਸਰਵੇਖਣ ਮੁਤਾਬਕ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜਿੱਥੇ ਲੋਕ ਸਭ ਤੋਂ ਵੱਧ ਧਾਰਮਿਕ ਆਜ਼ਾਦੀ ਦੇ ਸਮਰਥਕ ਨੇ ਇਸ ਸਰਵੇਖਣ ਦੁਨੀਆ ਭਰ ਵਿੱਚ ਆ ਧਾਰਮਿਕ ਆਜ਼ਾਦੀ ਦਾ ਹੱਕ ਵਿਚਾਰ ਰੱਖਣ ਦੀ ਆਜ਼ਾਦੀ ਅਤੇ ਇੰਟਰਨੈਟ ਆਜ਼ਾਦੀ ਨੂੰ ਮੁੱਖ ਰੱਖ ਕੇ ਕੀਤਾ ਗਿਆ ਅਮਰੀਕੀ ਮੋਲਦੀ ਸੰਸਥਾ ਪੀਓ ਰਿਸਰਚ ਨੇ ਕੁੱਲ 38 ਦੇਸ਼ਾਂ 'ਚ ਆਪਣੇ ਸਰਵੇਖਣ ਦਾ ਪ੍ਰੋਗਰਾਮ ਚਲਾਇਆ ਸੀ ਜਿਸ ਵਿੱਚ 40000 ਤੋਂ ਉੱਪਰ ਲੋਕਾਂ ਦੇ ਇੰਟਰਵਿਊ ਲਈ ਗਈ ਸੀ ਆਪ ਸੰਸਦ ਪਗਵੰਤ ਮਾਨ ਇਨਹੀ ਦਿਨਾਂ ਆਸਟ੍ਰੇਲੀਆ ਦੇ ਦੌਰੇ ਤੇ ਨੇ ਆਸਟ੍ਰੇਲੀਆ ਦੇ ਪਰਤੀਚ ਉਹ ਇੱਕ ਕਾਲਜ ਦੇ ਵਿਦਿਆਰਥੀਆਂ ਨਾਲ ਮਿਲੇ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਭਾਰਤ ਤੋਂ ਆਸਟ੍ਰੇਲੀਆ ਆਉਣ ਦੇ ਮੌਕਿਆਂ ਬਾਰੇ ਪੁੱਛਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸੰਸਦ ਵਿੱਚ ਭਾਰਤੀ ਨੌਜਵਾਨਾਂ ਦਾ ਪਵਿੱਗ ਸੁਰੱਖਿਅਤਕਰਨ ਬਾਰੇ ਮੁੱਦਾ ਚੁੱਕਣਗੇ ਵਿਦਿਆਰਥੀਆਂ ਨੇ ਪੰਗਵੰਤ ਮਾਨ ਨਾਲ ਪੰਜਾਬ ਦੇ ਖਰਾਬ ਮਾਹੌਲ ਬਾਰੇ ਵੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਪੜਾਈ ਕਰਨ ਲਈ ਜਾਂ ਜੌਬ ਲੱਭਣ ਭਾਰਤੀ ਮੂਲ ਦੀ ਇੱਕ ਅਮਰੀਕੀ ਔਰਤ ਨੂੰ ਕਾਨੂੰਨ ਦੇ ਖੇਤਰ 'ਇ ਚੰਗਾ ਪ੍ਰਦਰਸ਼ਨ ਕਰਨ ਬਦਲੇ ਪਹਿਲੇ ਅਮਰੀਕੀ ਪਬਲਿਕ ਸੇਵਾ ਅਵਾਰਡ ਨਾਲ ਨਿਵਾਜਿਆ ਗਿਆ ਹੈ ਸਿਵਲ ਕੋਰਟ ਦੇ ਜੱਜ ਪੰਡਿਤ ਦੁਰੰਤ ਨੂੰ ਇਹ ਅਵਾਰਡ ਇਮੀਗ੍ਰੈਂਟ ਮਾਮਲੇ ਦੇ ਦਫ਼ਤਰ ਵੱਲੋਂ ਦਿੱਤਾ ਗਿਆ ਪੰਡਿਤ ਦੁਰੰਤ ਕੁਇਨ ਦੀ ਸੀਨੀਅਰ ਸਹਾਇਕ ਜ਼ਿਲ੍ਹਾ ਟਾਰਨੀ ਵੀਏ ਖਬਰ ਦੇ ਇਸ ਬੁਲਟਿਨ ਵਿੱਚ ਫਿਲਹਾਲ ਨਹੀਂ ਇਜਾਜ਼ਤ ਦਿਓ ਧੰਨਵਾਦ